ਮਨਪ੍ਰੀਤ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚਕਾਰ ਕਿਸੇ ਕਿਸਮ ਦੇ ਗੱਠਜੋੜ ਨੂੰ ਲੈ ਕੇ ਅਜੇ ਤੱਕ ਰਲਵੇਂ ਮਿਲਵੇਂ ਜੇ ਬਿਆਨ ਆਉਂਦੇ ਰਹੇ ਨੇ ਪਰ ਹੁਣ ਇਹ ਮੰਨਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਅਸਾਰ ਲਗਭਗ ਨਾ ਦੇ ਬਰਾਬਰ ਹੀ ਨੇ ਬਿਲਕੁਲ ਜੇ ਤੁਸੀਂ ਇਹਨਾਂ ਦੇ ਸੀਨੀਅਰ ਲੀਡਰਸ ਦੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦੇਖੋ ਬਲਕਿ ਬੀਤੇ ਕੱਲ ਦੇ ਵਿੱਚ ਹੀ ਦੇਖੋ ਦਵਿੰਦਰ ਯਾਦਵ ਕਾਂਗਰਸ ਦੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਉਹਨਾਂ ਨੇ ਬੀਤੇ ਕੱਲ ਇੱਕ ਰੈਲੀ ਦੇ ਵਿੱਚ ਸਿੱਧੇ ਇਲਜ਼ਾਮ ਅਲਾਈ ਨੇ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਵਿੱਚ ਸੱਤਾ ਹਥਿਆਉਣੀ ਆ ਕਹਿਣ ਦਾ ਮਤਲਬ ਕਿ ਉਹਨਾਂ ਨੇ ਆਪਣਾ ਇਹ ਧਾਰ ਲਿਆ ਸਾਰੀ ਪਾਰਟੀ ਨੂੰ ਇੱਕ ਤਰ੍ਹਾਂ ਦਾ ਉਹ ਐਕਟੀਵੇਟ ਕਰ ਰਹੇ ਨੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪਸ ਦੇ ਵਿੱਚ ਜੁੜਨ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਚੋਂ ਬਾਹਰ ਕਰਨ ਸੋ ਇਥੇ ਤੁਸੀਂ ਕਲੀਅਰ ਅੰਦਾਜ਼ਾ ਲਾ ਸਕਦੇ ਹੋ ਜੀ ਦੂਸਰੇ ਪਾਸੇ ਭਗਵੰਤ ਮਾਨ ਵੀ ਇਹੀ ਗੱਲ ਕਰ ਰਹੇ ਆ ਕਹਿੰਦੇ ਅਸੀਂ 13 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਅਸੀਂ ਇਕੱਲੇ ਲੜਾਂਗੇ ਅਸੀਂ ਕਿਸੇ ਦੇ ਨਾਲ ਕੋਈ ਗੱਠ ਜੋੜ ਨਹੀਂ ਕਰਨਾ ਹਾਲਾਂਕਿ ਜਿਹੜੇ ਇਹਨਾਂ ਦੇ ਸੀਨੀਅਰ ਇੱਕ ਹੋਰ ਨੇਤਾ ਨੇ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਨੇ ਰਘਵ ਚੱਡਾ ਜੀ ਉਹ ਗੱਠ ਜੋੜ ਦੀਆਂ ਗੱਲਾਂ ਜ਼ਰੂਰ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਵੀ ਹੋ ਗਿਆ ਪਰ ਇੱਥੇ ਵਸੂ ਜੀ ਮੈਂ ਇਹ ਦੱਸਦਾ ਕਿ ਚੰਡੀਗੜ੍ਹ ਦਾ ਨਾ ਤਾਂ ਪੰਜਾਬ ਦੀ ਰਾਜਨੀਤੀ ਤੇ ਨਾ ਹੀ ਹਰਿਆਣੇ ਦੀ ਤੇ ਨਾ ਹੀ ਦਿੱਲੀ ਦੀ ਰਾਜਨੀਤੀ ਤੇ ਕਿਸੇ ਦਾ ਕੋਈ ਅਸਰ ਪੈਂਦਾ ਕੇਵਲ 1 ਲੱਖ ਲੋਕ ਸਭਾ ਦੀ ਸੀਟ ਆ ਤੇ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਗੱਟਜੋੜ ਹੋਇਆ ਵੀ ਆ ਉਹ ਇੱਕ ਮੇਅਰ ਦੀ ਸੀਟ ਲਈ ਆ ਜਿਹਦਾ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਕੋਈ ਰਾਜਨੀਤਿਕ ਜਾਂ ਸਿਆਸੀ ਮਹੱਤਵ ਨਹੀਂ ਆ ਸੋ ਜੇ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਾਂਗਰਸੀ ਨੇਤਾ ਵੀ ਲਗਾਤਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਆ ਉਹ ਲਾਅ ਐਂਡ ਆਰਡਰ ਨੂੰ ਐਡਰੈਸ ਕਰਨ ਦੇ ਵਿੱਚ ਫੇਲ ਆ ਦੂਸਰੇ ਪਾਸੇ ਇੱਕ ਚੀਜ਼ ਹੋਰ ਦੇਖੋ ਤੁਸੀਂ ਸੁਖਪਾਲ ਸਿੰਘ ਖੈਰਾ ਦਾ ਕੇਸ ਹੋਵੇ ਕੁਲਬੀਰ ਸਿੰਘ ਜ਼ੀਰਾ ਦਾ ਕੇਸ ਹੋਵੇ ਸਾਧੂ ਸਿੰਘ ਧਰਮਸੋਧ ਦਾ ਹੋਵੇ ਭਾਰਤ ਪੂਸ਼ਣ ਆਸ਼ੂ ਦਾ ਹੋਵੇ ਸੰਗਤ ਸਿੰਘ ਗਿੱਲ ਜੀਆ ਇਹ ਸਾਰੇ ਉਹ ਲੀਡਰ ਨੇ ਜਿਨ੍ਹਾਂ ਨੇ ਲਗਾਤਾਰ ਹਮਲੇ ਸੈ ਨੇ ਆਮ ਆਦਮੀ ਪਾਰਟੀ ਤੇ ਇਹ ਕਹਿ ਕੇ ਕਹਿੰਦੇ ਸਾਡੇ ਨਾਲ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ ਜਦੋਂ ਇਹ ਲੀਡਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਫਿਰ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਸੰਭਵ ਹੋ ਸਕਦਾ ਇੱਕ ਗੱਲ ਦੂਸਰੀ ਗੱਲ ਪਾਰਟੀ ਦੇ ਵਿੱਚ ਇੱਕ ਹੋਰ ਮਤ ਵੀ ਆ ਕਿ ਅਸੀਂ ਚਲੋ ਲੋਕ ਸਭਾ ਦੇ ਲਈ ਤਾਂ ਇਹਨਾਂ ਨਾਲ ਗੱਠਜੋੜ ਕਰ ਲਾਂਗੇ ਉਹ ਮਈ ਦੇ ਵਿੱਚ ਸਰਕਾਰ ਬਣ ਜਾਣੀ ਹੈ ਕੇਂਦਰ ਦੀ ਉਸ ਤੋਂ ਬਾਅਦ ਜਿਹੜਾ ਇਹ ਗੱਠਜੋੜ ਦਾ ਕੋਈ ਮਤਲਬ ਹੀ ਨਹੀਂ ਰਹਿਣਾ ਸੰਨ 2027 ਦੇ ਵਿੱਚ ਫੇਰ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਕਿ ਫਿਰ ਅਸੀਂ ਜੇ ਹੁਣ ਗੱਠਜੋੜ ਕਰ ਲਿਆ ਤਾਂ ਅਸੀਂ ਇਸੇ ਪਾਰਟੀ ਜਾਂ ਇਸੇ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਿ ਡਟ ਕੇ ਵਿਰੋਧ ਕਰ ਪਾਵਾਂਗੇ ਲੋਕ ਸਾਡੇ ਤੋਂ ਹਰ ਤਰ੍ਹਾਂ ਦੇ ਸਵਾਲ ਪੁੱਛਣਗੇ ਕਿ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਨਾਲ ਰਲ ਗਏ ਤੇ ਹੁਣ ਇਹਨਾਂ ਤੋਂ ਤੁਸੀਂ ਸਵਾਲ ਪੁੱਛਦੇ ਹੋ ਸੋ ਇਹ तमाम तरह ਦੀਆਂ ਗੱਲਾਂ ਆ ਰਹੀਆਂ ਨੇ ਇਸ ਕਰਕੇ ਗੱਠਜੋੜ ਦੀਆਂ ਸੰਭਾਵਨਾਵਾਂ ਕਾਫੀ ਘਟ ਗਈਆਂ ਨੇ ਪਰ ਜਿਸ ਤਰ੍ਹਾਂ ਵਾਸੂ ਜੀ ਕਹਿਆ ਜਾਂਦਾ ਰਾਜਨੀਤੀ ਦੇ ਵਿੱਚ ਰਾਜਨੀਤੀ ਦੇ ਵਿੱਚ ਕੁਝ ਵੀ ਅਸੰਭਵ ਨਹੀਂ ਆ ਹਰ ਕੁਝ ਪੋਸੀਬਲ ਆ ਹਰ ਕੁਝ ਸੰਭਵ ਆ ਅਖੀਰ ਤੱਕ ਸਾਨੂੰ ਦੇਖਣਾ ਪਊਗਾ ਇਹ ਕੀ ਕਰਦੇ ਨੇ ਜੀ ਜੀ ਵਾਸੂ ਜੀ ਤੇ ਮਨਪ੍ਰੀਤ ਜੀ ਗੁਰਪਤਮਨ ਸਿੰਘ ਪੰਨੂ ਵੱਲੋਂ ਇੱਕ ਨਵੀਂ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਿਹੋ ਜਿਹਾ ਪ੍ਰਤੀਕਰਮ ਆ ਰਿਹਾ ਜੀ ਦੇਖੋ ਇਸ ਨੂੰ ਇਸ ਵਿਅਕਤੀ ਨੂੰ ਗੁਰਪਤਵੰਦ ਸਿੰਘ ਪੰਨੂ ਨੂੰ ਪੰਜਾਬ ਦੇ ਲੋਕਾਂ ਨੇ ਜਾਂ ਭਾਰਤ ਨੇ ਇਸ ਨੂੰ ਨੌਨ ਸੀਰੀਅਸ ਜਾਂ ਸੀਰੀਅਸਲੀ ਲੈਣਾ ਇਹਨੂੰ ਛੱਡਤਾ ਕਿਉਂਕਿ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਕੇ ਗੁਰਪਤਵੰਦ ਸਿੰਘ ਪੰਨੂ ਜਿਹਨੂੰ ਭਾਰਤ ਨੇ ਇੱਕ ਤਰ੍ਹਾਂ ਦਾ ਟੈਰਰਿਸਟ ਜਾਂ ਆਤਵਾਦੀ ਡੈਜ਼ਿਗਨੇਟ ਕੀਤਾ ਹੋਇਆ ਇਸ ਦੇ ਹੁਣ ਬਿਆਨਾਂ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ ਕਿਉਂਕਿ ਮੂਰਖਤਾ ਪੂਰਨ ਦੇ ਬਿਆਨ ਹੁੰਦੇ ਆ ਹਾਂ ਜਿਹੜੀਆਂ ਏਜੰਸੀਜ਼ ਨੇ ਉਹ ਇਸ ਤਰ੍ਹਾਂ ਦੇ ਮੂਰਖ ਲੋਕਾਂ ਤਾਂ ਵੱਲ ਇਸ ਕਰਕੇ ਧਿਆਨ ਦਿੰਦੀਆਂ ਨਹੀਂ ਕਿਉਂਕਿ ਇਹ ਕੁਝ ਵੀ ਕਰ ਸਕਦੇ ਨੇ ਨੂੰ ਯਾਦ ਹੁਣਾ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਆਨ ਦਿੱਤੇ ਸੀ ਕਿ 에어 ਇੰਡੀਆ ਦੀ ਫਲਾਈਟਸ ਤੇ ਟਰੈਵਲ ਨਾ ਕਰੋ ਮੈਂ ਬੰਬ ਨਾ ਉਡਾ ਦੂੰਗਾ ਜੀ ਹੁਣ ਤੁਸੀਂ ਕਹੀ ਜਾਂਦੇ ਹੋ ਇਹ ਕਹਿੰਦੇ ਭਗਵੰਤ ਮਾਨ ਆ ਇਹ ਬਿਆਨਤ ਸਿੰਘ ਆ ਤੇ ਜਿਹੜੇ ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਯਾਦਵਾ ਇਹਨਾਂ ਦੀ ਇਹਨਾਂ ਨੇ ਗੋਬਿੰਦ RAM ਹੁੰਦੇ ਸੀ ਇੱਕ ਪੁਲਿਸ ਆਫੀਸਰ ਜਿਨ੍ਹਾਂ ਨੂੰ ਬੰਬ ਨਾ ਉਡਾਇਆ ਸੀ ਉਹਨਾਂ ਦੇ ਨਾਲ ਤੁਲਨਾ ਕੀਤੀ ਆ ਹੁਣ ਉਹਨਾਂ ਨੂੰ ਕਹੀ ਜਾਂਦੇ ਭਗਵੰਤ ਮਾਨ ਨੂੰ ਕਿ ਤੁਸੀਂ ਰਿਪਬਲਿਕ ਡੇ ਦਾ ਝੰਡਾ ਨਾ ਕਮਾਲ ਦੀਆਂ ਯਾਨੀ ਕਿ तमाम तरह ਦੀ ਇਸ ਤਰ੍ਹਾਂ ਦੀਆਂ ਮੂਰਖਤਾ ਵਾਲੀਆਂ ਇਹ ਟਿੱਪਣੀਆਂ ਕਰਦੇ ਨੇ ਆਮ ਲੋਕ ਤਾਂ ਇਸ ਇਸ ਵਿਅਕਤੀ ਵੱਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੰਦੇ ਸਿਕਿਉਰਿਟੀ ਏਜੰਸੀਜ਼ ਜ਼ਰੂਰ ਅਲਰਟ ਰਹਿੰਦੀਆਂ ਨੇ ਤਾਂ ਕਿ ਇਸ ਤਰ੍ਹਾਂ ਦੇ ਵਿਅਕਤੀ ਹੁਣ ਇੱਕ ਹੋਰ ਚੀਜ਼ ਦੇਖੋ ਵਾਸੂ ਜੀ ਇਹ ਵਿਅਕਤੀ ਕਹਿ ਕੀ ਰਿਹਾ ਕਹਿੰਦਾ ਜਿੰਨੇ ਗੈਂਗਸਟਰਸ ਨੇ ਕਹਿੰਦੇ ਕ੍ਰਿਮੀਨਲਸ ਨੇ ਉਹ ਸਿੱਖ ਜਥੇਬੰਦੀਆਂ ਦੇ ਵਿੱਚ ਸ਼ਾਮਲ ਹੋ ਜੇ ਤੇ ਆਪਾਂ ਲੜਾਈ ਲੜੀਏ ਕਿਸ ਕਿਸ ਚੀਜ਼ ਦੀ ਲੜਾਈ ਲੜਾਉਣਾ ਚਾਹੁੰਦਾ ਹੈ ਇਹ ਵਿਅਕਤੀ ਹੂੰ ਬਾਹਰਲੀ ਵਿਦੇਸ਼ੀ ਧਰਤੀ ਤੇ ਬੈਠ ਕੇ ਉੱਥੋਂ ਦਾ ਫਾਇਦਾ ਚੁੱਕ ਕੇ ਕਿਉਂਕਿ ਇਹਨੂੰ ਉੱਥੇ ਬੋਲਣ ਦੀ ਹਰ ਤਰ੍ਹਾਂ ਦੀ ਆਜ਼ਾਦੀ ਆ ਪਰ ਦੂਸਰੇ ਮੁਲਕ ਦੇ ਵਿੱਚ ਕਿਸ ਤਰ੍ਹਾਂ ਅਫਰਾ ਤਫਰੀ ਪੈਦਾ ਕਰ ਰਿਹਾ ਉਹ ਇਹਦੀ ਜੀਂਦੀ ਜਾਗਦੀ ਉਦਾਹਰਣ ਆ ਪਰ ਇਹ ਪੀਟੀਆਈ ਨੂੰ ਇਸ ਤਰ੍ਹਾਂ ਦੀ ਏਜੰਸੀਜ਼ ਨੂੰ ਆਪਣੀਆਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਭੇਜਦਾ ਰਹਿੰਦਾ ਤਾਂ ਕਿ ਇਹ ਸੁਰਖੀਆਂ ਦੇ ਵਿੱਚ ਬਣਿਆ ਰਵੇ ਕਿਸੇ ਨਾ ਕਿਸੇ ਤਰ੍ਹਾਂ ਇਹ ਰੈਲੇਵੈਂਟ ਰਵੇ ਪਰ ਇੱਥੋਂ ਦੇ ਲੋਕਾਂ ਲਈ ਇਹ ਵਿਅਕਤੀ ਕਿਸੇ ਤਰ੍ਹਾਂ ਕੋਈ ਮਾਣੇ ਨਹੀਂ ਰੱਖਦਾ ਜੀ ਜੀ ਵਾਸੂ ਜੀ ਮਨਪ੍ਰੀਤ ਜੀ ਐਸਆਈਟੀ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਤਕਰੀਬਨ 6 ਘੰਟੇ ਪੁੱਛਗਿੱਛ ਕੀਤੀ ਗਈ ਬਿਲਕੁਲ ਤੁਹਾਨੂੰ ਯਾਦ ਹੋਣਾ ਵਾਸੂ ਜੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਜਦੋਂ ਹੁੰਦੇ ਸੀ 7 ਘੰਟੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ 18 ਦਸੰਬਰ 2023 ਨੂੰ ਬੁਲਾਇਆ ਸੀ ਉਸ ਤੋਂ ਬਾਅਦ ਇਹਨਾਂ ਨੂੰ 30 ਨੂੰ ਬੁਲਾਇਆ ਸੀ 31 ਨੂੰ ਇਹ ਆਏ ਨਹੀਂ ਇਹਨਾਂ ਨੇ ਸਮਾਂ ਮੰਗਿਆ ਔਰ ਇਸੇ ਦੌਰਾਨ ਮੁਖਵਿੰਦਰ ਸਿੰਘ ਛੀਨਾ ਦੀ ਰਿਟਾਇਰਮੈਂਟ ਹੋ ਜਾਂਦੀ ਹੈ ਨਵੀਂ ਐਸਆਈਟੀ ਬਣਾ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਪੁਲਿਸ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਟੀਮ ਵੱਡੀ ਕਰ ਦਿੱਤੀ ਜਾਂਦੀ ਆ ਤੇ ਬੀਤੇ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਸੰ 2021 ਦੇ ਵਿੱਚ ਇਹਨਾਂ ਤੇ ਕੇਸ ਦਰਜ ਹੋਇਆ ਸੀ ਨਸ਼ਿਆ ਦਾ ਐਨਡੀਪੀਐਸ ਐਕਟ ਦੇ ਅਧੀਨ ਉਸ ਦੇ ਵਿੱਚ ਫੇਰ ਬੁਲਾਇਆ ਗਿਆ 6 ਘੰਟੇ ਤੋਂ ਵੱਧ ਦੀ ਪੁੱਛਗਿੱਛ ਹੁੰਦੀ ਆ ਔਰ ਬਾਹਰ ਆ ਕੇ ਵਿਕਰਮ ਸਿੰਘ ਮਜੀਠੀਆ ਬਿਆਨ ਦਿੰਦੇ ਨੇ ਕਹਿੰਦੇ ਇਹ ਸਿਲਸਿਲਾ ਜਾਰੀ ਰਹਿਣਾ ਕਿਉਂਕਿ ਨਾ ਤਾਂ ਇਹ ਕੇਸ ਇਹਨਾਂ ਨੇ ਖਤਮ ਕਰਨਾ ਨਾ ਕਿਸੇ ਸਿੱਤੇ ਤੇ ਪਹੁੰਚਾਉਣਾ ਇਹਦਾ ਕਿਸੇ ਤਰ੍ਹਾਂ ਦਾ ਕੋਈ ਰਿਜ਼ਲਟ ਨਹੀਂ ਕੱਢਣਾ ਕਿਉਂਕਿ ਹਰ ਕੋਈ ਸਰਕਾਰ ਇਸ ਕੇਸ ਨੂੰ ਸਿਆਸਤ ਲਈ ਵਰਤਣਾ ਚਾਹੁੰਦੀ ਆ ਸਿਆਸਤ ਗਰਮ ਰੱਖਣਾ ਚਾਹੁੰਦੀ ਆ ਕਿ ਦੇਖੋ ਜੀ ਅਸੀਂ ਵਿਕ੍ਰਮ ਸਿੰਘ ਮਜੀਠੀਆ ਨੂੰ ਬੁਲਾ ਲਿਆ ਅਸੀਂ ਪੁੱਛਗਿੱਛ ਕਰ ਰਹੇ ਆ ਗਲਤਾਂ ਤਾਂ ਠੀਕ ਹੋਵੇ ਕਿ ਇਹ ਲਗਭਗ 12 ਸਾਲ ਪੁਰਾਣਾ ਕੇਸ ਹੋ ਗਿਆ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਤੇ ਕਿਸੇ ਤਰ੍ਹਾਂ ਕੋਈ ਇਹਨੂੰ ਕਲੋਜ਼ਰ ਰਿਪੋਰਟ ਨਹੀਂ ਦਿੱਤੀ ਜਾਂ ਇਸ ਨੂੰ ਕਲੋਜ਼ ਕਰਕੇ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਚਲੋ ਘਟੋ ਘਟ ਵਿਕ੍ਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਹੀ ਪੇਸ਼ ਕਰ ਦਿੰਦੇ ਸੋ ਐਸੀ ਗੱਲ ਨੂੰ ਉਹਨਾਂ ਨੇ ਉਭਾਰਿਆ ਉਹ ਕਹਿੰਦੇ ਕੇਵਲ ਤੇ ਕੇਵਲ ਮੈਂ ਭਗਵੰਤ ਮਾਨ ਦੇ ਖਿਲਾਫ ਬੋਲਦਾ ਇਸ ਕਰਕੇ ਮੈਨੂੰ ਚੁੱਪ ਰੱਖਣ ਦੀ ਇੱਕ ਸਾਜ਼ਿਸ਼ ਆ ਉਸ ਦਿਨੇ ਬਾਰ ਬਾਰ ਮੈਨੂੰ ਬੁਲਾਇਆ ਜਾ ਰਿਹਾ ਦੂਸਰੀ ਗੱਲ ਤੁਹਾਨੂੰ ਯਾਦ ਹੋਣਾ ਕਾਫੀ ਦੇਰ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਮੰਤਰੀ ਦੇ ਖਿਲਾਫ ਕੁਝ ਡਿਜੀਟਲ ਸਮੱਗਰੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪત્રਕਾਰਾਂ ਨੇ ਇਹਨੂੰ ਪੁੱਛਿਆ ਕਿ ਤੁਸੀਂ ਉਹ ਜਨਤਕ ਨਹੀਂ ਕੀਤੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਕੁਝ ਕੀਤਾ ਨਹੀਂ ਇਸ ਵਾਸਤੇ ਸੋ ਇਹ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਇਹ ਸਮਗਰੀ ਦਵਾਂਗਾ ਉਹ ਜ਼ਿੰਮੇਵਾਰ ਵਿਅਕਤੀ ਪੰਜਾਬ ਦੇ ਗਵਰਨਰ ਹੋਣਗੇ ਜਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋਏਗਾ ਜਾਂ ਕੋਈ ਹੋਰ ਵਿਅਕਤੀ ਹੋਏਗਾ ਇਹ ਫਿਰ ਸਮੇਂ ਤੇ ਪਤਾ ਲੱਗੇਗਾ ਪਰ ਕਹਿੰਦੇ ਆ ਕਿ ਉਸ ਮਨਿਸਟਰ ਨੂੰ ਮੈਂ ਹੁਣ ਐਕਸਪੋਜ਼ ਕਰੂੰਗਾ ਜੇਵਾ ਸੋ ਜੀ ਮਨਪਰੀ ਦੀ ਉਧਰ ਫਗਵਾੜੇ ਤੋਂ ਇੱਕ ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਿਅਕਤੀ ਤੇ ਸ਼ੱਕ ਸੀ ਕਿ ਉਹਨੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਕਿਸਮ ਦੀ ਬੇਅਦਬੀ ਕੀਤੀ ਹੈ ਤੇ ਉਹਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਇੱਕ ਨਿਹੰਗ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਦੇਖੋ ਇਹ ਬਾਰ-ਬਾਰ ਘਟਨਾਵਾਂ ਹੋਈ ਰਹੀਆਂ ਨੇ ਤੁਹਾਨੂੰ ਯਾਦ ਹੋਣਾ ਦਰਬਾਰ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ ਇੱਕ ਗੱਲ ਬੜੀ ਅਜੀਬ ਆ ਕਿ ਜਦੋਂ ਇਹਨਾਂ ਲੋਕਾਂ ਨੂੰ ਇਹ ਆਉਂਦੇ ਨੇ ਉਹ ਬੇਅਦਬੀ ਕਰਦੇ ਨੇ ਨਹੀਂ ਕਰਦੇ ਨੇ ਇਸ ਗੱਲ ਦਾ ਪੂਰਾ ਪਤਾ ਲਵਾਉਣ ਲਈ ਇਹਨਾਂ ਨੂੰ ਪੁਲਿਸ ਦੇ ਹਵਾਲੇ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਜੇ ਫੜ ਕੇ ਤੁਸੀਂ ਜਿੰਨੀ ਦੇਰ ਤੱਕ ਜਾਂਚ ਏਜੰਸੀ ਤੇ ਹਵਾਲੇ ਨਹੀਂ ਕਰਦੇ ਔਰ ਤੁਸੀਂ ਦੇਖੋ ਗੁਰੂ ਘਰਾਂ ਦੇ ਵਿੱਚ ਕਤਲ ਹੋਣੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਕਿਉਂ ਨਹੀਂ ਇਸ ਗੱਲ ਤੇ ਬੋਲਦੀਆਂ ਇਹ ਤੁਸੀਂ ਕਿਸੇ ਵਿਅਕਤੀ ਨੂੰ ਗੁਰੂ ਘਰ ਦੇ ਵਿੱਚ ਕਿਉਂ ਮਾਰਦੇ ਹੋ ਉਹਨੇ ਕੀ ਦੋਸ਼ ਕੀਤਾ ਜਾਂ ਨਹੀਂ ਕੀਤਾ ਇਸ ਦਾ ਫੈਸਲਾ ਕਾਨੂੰਨ ਕਰੇਗਾ ਇਹ ਜਿਹੜੇ ਨਿਹੰਗ ਨੇ ਜਾਂ ਨਿਹੰਗ ਜਥੇਬੰਦੀ ਹੈ ਇਹ ਕੌਣ ਹੁੰਦੇ ਨੇ ਇਸ ਤਰ੍ਹਾਂ ਦੇ ਫੈਸਲੇ ਕਰਨ ਵਾਲੇ ਤੁਸੀਂ ਯਾਦ ਕਰੋ ਵਾਸੂ ਜੀ ਇਸੇ ਤਰ੍ਹਾਂ ਦੇ ਕਤਲ ਸਿੰਘੂ ਬਾਰਡਰ ਤੇ ਵੀ ਹੋਏ ਸੀ ਜਦੋਂ ਇੱਕ ਵਿਅਕਤੀ ਤਰਨਤਾਰਨ ਦਾ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਇਹ ਬੇਅਦਬੀ ਕਰਨ ਆਇਆ ਸੀ ਸਾਲ 2015 ਦੇ ਵਿੱਚ ਬੇਅਪੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਤਾਂ ਤੁਸੀਂ ਪਤਾ ਲਗਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਜੇ ਕੋਈ ਵਿਅਕਤੀ ਤੁਹਾਨੂੰ ਸਾਹਮਣੇ ਦਿਸਦਾ ਕੋਈ ਇਸ ਤਰ੍ਹਾਂ ਬੇਅਦਬੀ ਕਰਨਾ ਆਇਆ ਤਾਂ ਘਟੋ ਘਟ ਪੁਲਿਸ ਦੇ ਜਾਂ ਜਾਂਚ ਏਜੰਸੀ ਦੇ ਹਵਾਲੇ ਤਾਂ ਕਰੋ ਉਹਨਾਂ ਤੇ ਪ੍ਰੈਸ਼ਰ ਪਾੜੇ ਉਹਨਾਂ ਦਾ ਪਤਾ ਲੱਗੇ ਕਿ ਕੌਣ ਇਹਨਾਂ ਨੂੰ ਬਾਰ-ਬਾਰ ਭੇਜ ਰਿਹਾ ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਕੌਣ ਇਹ ਫਿਰਕੂ ਫਸਾਦ ਪੈਦਾ ਕਰਨਾ ਚਾਹੁੰਦਾ ਇਸ ਵੱਲ ਕਿਸੇ ਦਾ ਧਿਆਨ ਨਹੀਂ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਧਰਮਦਾਰ ਸਿੱਖ ਜਥੇਬੰਦੀਆਂ ਤੇ ਵੀ ਆ ਜਿਹੜੇ ਆਪਣੇ ਆਪ ਨੂੰ ਬੜੀਆਂ ਜ਼ਿੰਮੇਵਾਰ ਜਥੇਬੰਦੀਆਂ ਕਹਿੰਦੇ ਆ ਉਹ ਇਹਨਾਂ ਕਤਲਾਂ ਦੀ ਲਿਖਿਤੀ ਕਰਨੀ ਚਾਹੀਦੀ ਆ ਨਾ ਕਿ ਇਹਨਾਂ ਨੂੰ ਜਸਟੀਫਾਈ ਕਰਨਾ ਚਾਹੀਦਾ ਜੀ ਵਾਸੂ ਜੀ ਐਮਨਪ੍ਰੀਤ ਜੀ ਸਾਫ ਦਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਧਰਮਪਤਨੀ ਗੁਰਮੀਲ ਕੌਰ ਵੱਲੋਂ ਹੁਣ 21 ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜੀ ਗੁਰਮੀਲ ਕੌਰ ਨੇ ਜਗਰਾਓ ਪੁਲਿਸ ਜ਼ਿਲ੍ਹੇ ਜਾਂ ਪੁਲਿਸ ਜ਼ਿਲ੍ਹੇ ਦੇ ਮੁਖੀ ਨੂੰ ਇਹ ਕੰਪਲੇਂਟ ਦਿੱਤੀ ਆ ਔਰ ਉਸ ਵਕਤ ਜਿਹੜੇ ਸਾਲ 1992-93 ਦੇ ਵਿੱਚ ਪੁਲਿਸ ਅਧਿਕਾਰੀ ਇੱਥੇ ਮੌਜੂਦ ਸੀ ਇੱਥੇ ਪੋਸਟਡ ਸੀ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹਮ ਹਮ ਆਪਾਂ ਨੂੰ ਪਤਾ ਕਿ ਜੋ ਇਹਨਾਂ ਏਸ ਗੁਰਮੇਲ ਕੌਰ ਦਾ ਇਹ ਦਾਵਾ ਕਿ 25 ਦਸੰਬਰ 1992 ਨੂੰ ਇਹਨਾਂ ਦੇ ਪਤੀ ਨੂੰ ਘਰੋਂ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਇੱਕ ਵਾਰੀ ਘਰੇ ਜ਼ਰੂਰ ਵਾਪਸ ਆਇਆ ਜਦੋਂ ਇਹਨਾਂ ਦੇ ਦੋਤੇ ਦੀ ਡੈਥ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਸਾਨੂੰ ਕਦੇ ਮਿਲੇ ਨਹੀਂ ਕਿਉਂਕਿ ਪੁਲਿਸ ਦੁਬਾਰਾ ਇਹਨਾਂ ਨੂੰ ਫੜ ਕੇ ਲੈ ਗਈ ਸੀ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਕਿ ਅਸੀਂ ਕੇਵਲ ਉਹਨਾਂ ਨੂੰ 2 ਫਰਵਰੀ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਕਿ ਉਹ ਕਿੱਥੇ ਸੀ ਔਰ ਉਸ ਤੋਂ ਬਾਅਦ ਉਹ ਸਾਡੀ ਕਸਟਡੀ ਤੋਂ ਭੱਜ ਗਿਆ ਹੁਣੇ ਸਾਰਾ ਤਹਿਕੀਕਾ ਦਾ ਤਫਤੀਸ਼ ਦਾ ਮਾਮਲਾ ਦੂਸਰੀ ਗੱਲ ਮੈਂ ਵਾਸੂ ਜੀ ਇਹ ਵੀ ਕਹਾਵਾ ਕਿ ਇੱਕ ਆਵਾਜ਼ ਹੋਰ ਵੀ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਕਿਸੇ ਨੇ ਜਿਹਦੇ ਵਿੱਚ ਕਿਸੇ ਨਾ ਕਿਸੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਨੌਜਵਾਨਾਂ ਦੀ ਕਤਲ ਕੀਤੇ ਗਏ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਇਹਨਾਂ ਦੇ ਸਾਰੇ ਕੇਸਾਂ ਦੀ ਤਫਤੀਸ਼ ਹੋ ਕੇ ਇੱਕ ਟਰੂਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਦੇ ਵੀ ਮੰਗ ਚੱਲ ਰਹੀ ਆ ਤਾਂ ਕਿ ਇਹਨਾਂ ਸਾਰੇ ਕੇਸਸ ਦਾ ਕੋਈ ਕਿਸੇ ਤਰ੍ਹਾਂ ਕਲੋਜ਼ਰ ਹੋ ਸਕੇ ਤੇ ਲੋਕ ਜਿਹੜੇ ਆ ਉਹ ਅੱਗੇ ਵੱਧ ਸਕਣ ਦੋਸ਼ੀਆਂ ਨੂੰ ਸਜ਼ਾਵਾ ਮਿਲ ਸਕਣ ਕਿਉਂਕਿ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ ਚਾਹੇ ਪੁਲਿਸ ਆਫਿਸਰਸ ਨੇ ਜਿਨ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਜੇ ਤੁਸੀਂ ਉਹਨਾਂ ਦੀ ਤਫ਼ਤੀਸ਼ ਦੇ ਵਿੱਚ ਪਾ ਵੀ ਜਾਓਗੇ ਤਾਂ ਦੁਨੀਆ ਤੇ ਹੈ ਹੀ ਨਹੀਂ ਆ ਤੇ ਜੇ ਕੋਈ ਜਿਉਂਦਾ ਹੈ ਉਸ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਸੋ ਇਹ ਸਾਰਾ ਕੁਝ ਇਸ ਟਾਈਮ ਮੌਕੇ ਤੇ ਚੱਲ ਰਿਹਾ ਦੇਖਦੇ ਆ ਕਿ ਹੁਣ ਪੁਲਿਸ ਵੱਲ ਕੰਪਲੇਂਟਸ ਜ਼ਰੂਰ ਇਹਨਾਂ ਨੇ ਕੀਤੀ ਆ ਇਸ ਨੂੰ ਕਿਸ ਤਰ੍ਹਾਂ ਜਿਹੜੀ ਮੌਜੂਦਾ ਸਰਕਾਰ ਆ ਅੱਗੇ ਕਿਸ ਤਰ੍ਹਾਂ ਵਧਾਉਂਦੀ ਆ ਇਹ ਬਾਸੂ ਜੀ ਤੇ ਮਨਪ੍ਰੀਤ ਜੀ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਬਾਹਰੀ ਤਾਕਤਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਦੇਖੋ ਬਾਸੂ ਜੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਕਿ ਬਾਹਰੀ ਤਾਕਤ ਕੋਈ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਤਬਾਹ ਨਹੀਂ ਕਰ ਸਕਦੀ ਸਾਰੀਆਂ ਜਿਹੜੀਆਂ ਤਾਕਤਾਂ ਹੁੰਦੀਆਂ ਉਸ ਪਾਰਟੀ ਦੇ ਅੰਦਰ ਹੀ ਹੁੰਦੀਆਂ ਤੁਸੀਂ ਕਿਸੇ ਵੀ ਪਾਰਟੀ ਦੀ ਐਗਜ਼ਾਮਪਲ ਲੈ ਲਓ ਜਿੰਨੀ ਦੇਰ ਤੱਕ ਉਹ ਪਾਰਟੀ ਇਲੈਕਟੋਰਲੀ ਇਹ ਜਿਹੜੀਆਂ ਚੋਣਾਂ ਜਿੱਤਦੀ ਹੈ ਤੇ ਉਹ ਪਾਰਟੀ ਦੀ ਪੂਰੀ ਸਕਸੈਸ ਮੰਨੀ ਜਾਂਦੀ ਹੈ ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਨਾਥਿੰਗ ਸੈਕਸੀਡਸ ਲਾਈਕ ਸਕਸੈਸ ਹੂੰ ਸੋ ਜਦੋਂ ਇਹ ਗੱਲਾਂ ਨਹੀਂ ਹੁੰਦੀਆਂ ਜਦੋਂ ਤੁਸੀਂ ਤਿੰਨ ਵਿਅਕਤੀਆਂ ਤੇ ਨਿਭੜ ਜਾਂਦੇ ਹੋ ਜਾਂ ਤਿੰਨ ਸੀਟਾਂ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਨੂੰ ਕਿਸੇ ਨੇ ਕਿਹਾ ਸੀ ਕਿ ਜਦੋਂ ਤੁਹਾਡੀ ਸਰਕਾਰ ਸੀ ਤੁਸੀਂ ਬੇਅਦਬੀਆਂ ਦੇ ਮਾਮਲਿਆਂ ਦੀ ਜਾਂਚ ਕਰਾ ਕੇ ਦੋਸ਼ੀਆਂ ਨੂੰ ਸਜ਼ਾਵਾ ਨਾ ਦਿਵਾਓ ਜਿਹੜੇ ਪੁਲਿਸ ਅਧਿਕਾਰੀ ਤੁਸੀਂ ਆਪਣੇ ਮੌਜੂਦਾ ਟਾਈਮ ਤੇ ਲਾਏ ਸੀ ਕਿ ਤੁਹਾਨੂੰ ਕਿਸੇ ਨੇ ਕਿਹਾ ਸੀ ਇਹ ਸਾਰਾ ਕੁਝ ਕਰੋ ਕਿਉਂ ਤੁਸੀਂ ਆਪਣੀ ਝੁੰਦਾ ਰਿਪੋਰਟ ਆ ਜਿਹੜੀ ਕਮੇਟੀ ਦੀ ਰਿਪੋਰਟ ਜਿਨ੍ਹਾਂ ਨੇ ਤੁਹਾਡੀ ਹਾਰ ਲਈ ਤੁਹਾਨੂੰ ਜ਼ਿੰਮੇਵਾਰ ਠਰਾਇਆ ਔਰ ਬਾਦਲ ਪਰਵਾਰ ਨੂੰ ਜ਼ਿੰਮੇਵਾਰ ਠਰਾਇਆ ਤੁਸੀਂ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੋ ਇਹ ਗੱਲਾਂ ਕਹਿਣੀਆਂ ਬੜੀਆਂ ਸੌਕੀਆਂ ਨੇ ਕਿ ਸਾਨੂੰ ਬਾਹਰ ਲਿਆਂ ਤੱਕ ਤਾਂ ਕਦੋ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਿਸੇ ਨੇ ਗੱਲ ਕਹੀ ਸੀ ਬਾਹਰੋਂ ਆ ਕੇ ਕਿ ਤੁਸੀਂ ਕਿਸਾਨਾਂ ਦਾ ਸਾਥ ਨਾ ਦਿਓ ਉਹਨਾਂ ਬਿੱਲਾਂ ਦੀ ਪ੍ਰੋਟਾ ਕਰੋ ਬਾਅਦ ਦੇ ਵਿੱਚ ਤੁਸੀਂ ਵਾਪਸ ਹੋਗੇ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਕਤਾਈਆਂ ਇਹਨਾਂ ਤੋਂ ਹੋਈਆਂ ਜਿਨ੍ਹਾਂ ਲਈ ਅੱਜਕੱਲ ਮਾਫੀਆਂ ਵੀ ਮੰਗ ਰਹੇ ਆ ਸੋ ਇਸ ਕਰਕੇ ਕਿਸੇ ਬਾਹਰੀ ਤਾਕਤ ਨੂੰ ਕਹਿ ਦੇਣਾ ਕਿ ਖੇਤਰੀ ਪਾਰਟੀ ਨੂੰ ਖਤਮ ਕਰ ਦੇਣਗੇ ਬਾਕੀ ਪਾਰਟੀਆਂ ਚਾਹੇ ਆਵਾਦਮੀ ਪਾਰਟੀ ਆ ਕਾਂਗਰਸ ਆ ਭਾਰਤੀ ਜਨਤਾ ਪਾਰਟੀ ਆ ਇਹਦੇ ਵਿੱਚ ਜਿਹੜੇ ਲੀਡਰ ਨੇ ਪੰਜਾਬ ਦੇ ਉਹ ਤਾਂ ਪੰਜਾਬ ਦੇ ਨੇ ਖੇਤਰੀ ਲੀਡਰ ਨੇ ਉਹਨਾਂ ਨੂੰ ਬਾਹਰ ਲੈ ਤਾਂ ਕਹਿ ਨਹੀਂ ਸਕਦੇ ਪਰ ਇਹ ਆਪਣੇ ਆਪ ਨੂੰ ਖੇਤਰੀ ਪਾਰਟੀ ਕਰਕੇ ਇਹ ਲੋਕਾਂ ਨੂੰ ਜਿਤਾਉਣਾ ਚਾਹੁੰਦੀ ਹੈ ਕਿ ਸਾਨੂੰ ਜਿਉਂਦਾ ਰੱਖੋ ਪਰ ਤੁਸੀਂ ਤਾਂ 25 ਸਾਲ ਰਾਜ ਕਰਨਾ ਸੀ ਕਿਉਂ ਤੁਹਾਨੂੰ ਲੋਕਾਂ ਨੇ ਕੇਵਲ 10 ਸਾਲਾਂ ਚ ਹੀ ਨਿਬੇੜਤਾ ਕਿਉਂਕਿ ਤੁਸੀਂ ਲੋਕਾਂ ਦੀ ਗੱਲ ਨਹੀਂ ਕੀਤੀ ਹੂੰ ਜੀਵਾਸੂ ਜੀ ਤੇ ਮਨਪ੍ਰੀਤ ਜੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਖਿਲਾਫ ਕੌਮੀ ਪੱਧਰ ਤੇ ਇੱਕ ਸੰਘਰਸ਼ ਵਿੱਢਿਆ ਜਾ ਰਿਹਾ ਜੀ ਬਿਲਕੁਲ ਦੇਖੋ ਬਲਬੀਰ ਸਿੰਘ ਰਾਜੇਵਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਥੋੜੀ ਹੈ ਇਹਨਾਂ ਦੀਆਂ ਸਿਆਸੀ ਮਨਸ਼ਾਵਾਾਂ ਸੀ ਜਿਹੜੀਆਂ ਉਹ ਜਾਗੀਆਂ ਸੀ ਇਹਨਾਂ ਨੂੰ ਲੱਗਦਾ ਸੀ ਕਿ ਜਿੰਨੀ ਦੇਰ ਤੱਕ ਅਸੀਂ ਪੋਲਿਟੀਕਲ ਪਾਵਰ ਨਹੀਂ ਪ੍ਰਾਪਤ ਕਰਾਂਗੇ ਸਾਡੇ ਮਸਲੇ ਨਹੀਂ ਹੱਲ ਹੋਣੇ ਫਿਰ ਉਹ ਪੋਲਿਟੀਕਲ ਪਾਵਰ ਇਹਨਾਂ ਤੋਂ ਪ੍ਰਾਪਤ ਨਹੀਂ ਹੋ ਤੇ ਹੁਣ ਇਹ ਵਾਪਸ ਪੰਜ ਦਿੱਥੇ ਬੰਦੀਆਂ ਦੇ ਨਾਲ ਵਾਪਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇੱਕ ਫੋਰਟ ਦੇ ਵਿੱਚ ਵਾਪਸ ਆ ਗਏ ਹੁਣੇ ਸਾਰੀਆਂ ਜਥੇਬੰਦੀਆਂ ਮਿਲ ਕੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਅਸੀਂ ਵੱਖਰੇ ਵੱਖਰੇ ਹੁੰਦੇ ਆ ਤੇ ਸਾਡੀ ਤਾਕਤ ਬਿਲਕੁਲ ਘਟ ਜਾਂਦੀ ਹੈ ਸਾਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਵਾਪਸ ਇਕੱਠੇ ਹੋਏ ਨੇ ਤਾਂ ਕਿ ਇੱਕ ਵਾਰੀ ਫੇਰ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾਵੇ ਜਿਹੜੀਆਂ ਮੰਗਾਂ ਸੀ ਜਿੰਨਾ ਦਾ ਵਾਅਦਾ ਕੀਤਾ ਗਿਆ ਸੀ ਉਹ ਅੱਜ ਤੱਕ ਵੀ ਪੂਰੀਆਂ ਨਹੀਂ ਹੋਈਆਂ ਸੋ 26 ਜਨਵਰੀ ਨੂੰ ਇਹਦਾ ਪਹਿਲਾ ਟੈਸਟ ਹੋਏਗਾ ਰਿਪਬਲਿਕ ਡੇ ਵਾਲੇ ਦਿਨ ਈ ਉਸਨੇ ਨੇ ਟਰੈਕਟਰ ਮਾਰਚ ਕੱਢਦੇ ਆ ਕਿੰਨਾ ਕੁ ਨੂੰ ਹੰਗਾਰਾ ਮਿਲਦਾ ਕਿੰਨਾ ਕੁ ਦਾ ਅਸਰ ਹੁੰਦਾ ਇਹਦਾ ਖੈਰ ਸਮਾਂ ਦੱਸੇਗਾ ਪਰ ਇਹਨਾਂ ਨੇ ਇੱਕ ਫੈਸਲਾ ਜ਼ਰੂਰ ਕੀਤਾ ਕਿ ਆਪਣੇ ਸੰਘਰਸ਼ ਨੂੰ ਦੁਬਾਰਾ ਤੋਂ ਤੇਜ਼ ਕਰੀਏ ਜੀਵਾ ਸੁਜੀ ਤੇ ਮਨਪੀਰ ਜੀ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਆਰਥਿਕ ਨੀਤੀਆਂ ਨੇ ਉਹਨਾਂ ਤੇ ਨਿਸ਼ਾਨਾ ਕੱਸਿਆ ਬਿਲਕੁਲ ਨਵਜੋਸ ਸਿੰਘ ਸਿੱਧੂ ਲਗਾਤਾਰ ਆਪਣੀਆਂ ਗਤੀਵਿਧੀਆਂ ਕਰ ਰਹੇ ਨੇ ਰੈਲੀਆਂ ਵੀ ਕਰ ਰਹੇ ਆ ਪ੍ਰੈਸ ਕਾਨਫਰੰਸਿਸ ਵੀ ਕਰ ਰਹੇ ਆ ਮੀਡੀਆ ਦੇ ਨਾਲ ਇੰਟਰਐਕਸ਼ਨਸ ਕਰ ਰਹੇ ਨੇ ਮਕਸਦ ਇਹੀ ਆ ਕਿ ਕਿਸ ਤਰ੍ਹਾਂ ਮੌਜੂਦਾ ਸਰਕਾਰ ਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਸ ਦੀਆਂ ਕਮੀਆਂ ਪੇਸ਼ੀਆਂ ਨੂੰ ਉਜਾਗਰ ਕਰਕੇ ਖਾਸ ਤੌਰ ਤੇ ਜਿਹੜੀਆਂ ਆਰਥਿਕ ਨੀਤੀਆਂ ਨੇ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਕੋਈ ਰੈਵਨਿਊ ਮਾਡਲ ਨਹੀਂ ਹੈ ਰੈਵਨਿਊ ਜਨਰੇਟ ਨਹੀਂ ਹੋ ਰਿਹਾ ਤੇ ਜਦੋਂ ਪੈਸਾ ਵੀ ਸਰਕਾਰ ਕੋਲ ਆ ਰਿਹਾ ਤੇ ਇਨਫਰਾਸਟ੍ਰਕਚਰ ਤੇ ਪੈਸਾ ਖਰਚ ਕਿੱਥੋਂ ਹੋਏਗਾ ਫਿਰ ਇਹੀ ਗੱਲ ਕਹੀ ਹੈ ਕਿ ਜਿਆਦਾਤਰ ਜਿਹੜਾ ਪੈਸਾ ਤੁਸੀਂ ਲੈਨੇ ਵੀ ਉਹ ਰੈਵਨਿਊ ਦੇ ਵਿੱਚ ਉਹ ਤੋਂ ਦਾ ਡੈਟ ਸਰਵਿੰਗ ਜਿਹੜਾ ਕਿ ਤੁਸੀਂ ਇੰਨਾ ਵੱਡਾ ਕਰਜ਼ਾ ਇੱਥੇ ਲਾ ਰੱਖਿਆ ਜਾਂ ਪੁਰਾਣੀਆਂ ਸਰਕਾਰਾਂ ਦੇ ਵੇਲੇ ਪੈਦਾ ਹੋਇਆ ਉਹਦੇ ਇੰਟਰਸਟ ਮੋੜਨ ਦੇ ਵਿੱਚ ਹੀ ਸਾਰਾ ਖਰਚ ਹੋ ਜਾਂਦਾ ਨਵਾਂ ਮਾਡਲ ਇਹਨਾਂ ਵੱਲੋਂ ਲੱਭਿਆ ਨਹੀਂ ਜਾ ਰਿਹਾ ਵੈਲਫੇਅਰ ਸਕੀਮਜ਼ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਨੇ ਜਾਂ ਨਵੀਆਂ-ਨਵੀਆਂ ਸਕੀਮਜ਼ ਲੈ ਕੇ ਆਂਦੀਆਂ ਜਾ ਰਹੀਆਂ ਨੇ ਪਪੂਲਰ ਸਕੀਮਜ਼ ਉਹਨਾਂ ਤੇ ਪੈਸਾ ਖਰਚ ਹੋ ਰਿਹਾ ਤੇ ਲਗਾਤਾਰ ਇਹ ਵੀ ਸਰਕਾਰ ਕਰਜ਼ੇ ਦੇ ਥੱਲੇ ਡੁੱਬ ਰਹੀ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਉਭਾਰਿਆ ਦੇਖਦੇ ਆ ਇਸ ਸਰਕਾਰ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਹੁੰਦਾ ਜਾਂ ਐਸੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਅੰਦੋਲਿਆ ਕਰ ਦਿੰਦੇ ਆ ਉਹ ਹੂੰ ਹੂੰ ਜਿਵੇਂ ਸੁਜੀ ਐਮਨਪੀ ਜੀ ਮਾਲਦੀਵ ਦੀ ਸਰਕਾਰ ਵੱਲੋਂ ਭਾਰਤੀ ਫੌਜ ਨੂੰ 15 ਮਾਰਚ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ ਦੇਸ਼ ਛੱਡ ਕੇ ਜਾਣ ਲਈ ਦੇਖੋ ਜਦੋਂ ਤੋਂ ਉੱਥੇ ਨਵੀਂ ਸਰਕਾਰ ਆਈ ਹੈ ਮੁਹੰਮਦ ਮੈਜ਼ੂਦੀ ਸ਼ੁਰੂ ਤੇ ਵਿੱਚ ਉਹਨਾਂ ਤੇ ਇੱਕ ਮਾਹੌਲ ਬਣਿਆ ਸੀ ਉੱਥੇ ਮਾਲਦੀਵਜ਼ ਵਿੱਚ 5 ਲੱਖ ਦੇ ਕਰੀਬ ਉੱਥੋਂ ਦੀ ਪਾਪੂਲੇਸ਼ਨ ਆ ਬਹੁਤ ਛੋਟਾ ਜਿਹਾ ਇੱਕ ਟਾਪੂ ਆ ਅਕਸਰ ਭਾਰਤੀ ਉੱਥੇ ਹੈ ਜਿਹੜੇ ਕਾਫੀ ਵੱਡੀ ਤعداد ਦੇ ਵਿੱਚ ਛੁੱਟੀਆਂ ਮਨਾਉਣ ਜਾਂਦੇ ਆ ਬੜਾ ਬਹੁਤ ਸੋਹਣਾ ਖੂਬਸੂਰਤ ਆਈਲੈਂਡ ਆ ਪਰ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 90% ਦੇ ਉੱਥੇ ਮੁਸਲਿਮ ਭਾਈਚਾਰਾ ਔਰ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ ਇਸ ਚੀਜ਼ ਨੂੰ ਉੱਥੇ ਲਾਈਕ ਨਹੀਂ ਸੀ ਕੀਤਾ ਜਾ ਰਿਹਾ ਪਸੰਦ ਨਹੀਂ ਸੀ ਕੀਤਾ ਜਾ ਰਿਹਾ ਉਹਨਾਂ ਦਾ ਇੱਕ ਮੁੱਦਾ ਸੀ ਕਿ ਜਦੋਂ ਸੱਤਾ ਦੇ ਵਿੱਚ ਆਵਾਂਗੇ ਤੇ ਅਸੀਂ ਭਾਰਤੀ ਫੌਜਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਉਸ ਦੇ ਵਿੱਚ ਬਲਦੀ ਦੇ ਵਿੱਚ ਕਿ ਉਹ ਪਾਉਣ ਦਾ ਜਿਹੜਾ ਕੰਮ ਕੀਤਾ ਉਹ ਟਰੋਲਸ ਇਹਨਾਂ ਨੇ ਕੀਤਾ ਆਈਟੀ ਸੈੱਲਾ ਜਿਹੜਾ ਬੀਜੇਪੀ ਦਾ ਉਹਨਾਂ ਨੇ ਲਗਾਤਾਰ ਇਹਨਾਂ ਦੀ ਖਿਚਾਈ ਕੀਤੀ ਕਿ ਦੇਖੋ ਜੀ ਇਹ ਤਾਂ ਇਸ ਤਰ੍ਹਾਂ ਹੈ ਸਾਡੇ ਨਾਲ ਵੱਖਰੇ ਰਹਿਣਾ ਚਾਹੁੰਦੇ ਛੋਟਾ ਜਿਹਾ ਮੁਲਕ ਹੈ ਇਹਦਾ ਵਜੂਦ ਕੀ ਆ ਉਹ ਹੁਣ ਜਾ ਕੇ ਚਾਈਨਾ ਦੇ ਨਾਲ ਮਿਲ ਗਏ 3 ਦਿਨਾਂ ਦਾ ਦੌਰਾ ਕਰਕੇ ਆਏ ਤੇ ਉਹਨਾਂ ਨੇ ਭਾਰਤ ਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ 15 ਤਰੀਕ ਤੱਕ 15 ਮਾਰਚ ਤੱਕ ਤੁਹਾਡੀਆਂ ਫੌਜਾਂ ਇੱਥੋਂ ਖਾਲੀ ਕਰਕੇ ਸਾਡਾ ਮੁਲਕ ਚਲੇ ਜਾਣਾ ਨਹੀਂ ਤਾਂ ਇਹ ਗੱਲ ਠੀਕ ਨਹੀਂ ਹੋਏਗੀ ਕਿਉਂਕਿ ਐਸੀ ਇੱਕ ਇੰਡੀਪੈਂਡੈਂਟ ਰਿਪਬਲਿਕ ਮੁਲਕਾ ਔਰ ਚਾਈਨਾ ਨੇ ਵੀ ਇਸ ਗੱਲ ਤਾਂ ਸਾਫ਼ ਦਿੱਤਾ ਸੋ ਕਿਤੇ ਨਾ ਕਿਤੇ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਆ ਉਹ ਆਪਣੀ ਗੁਆਂਢੀ ਮੁਲਕਾਂ ਨੂੰ ਲੈ ਕੇ ਵੀ ਸਿਰੇ ਨਹੀਂ ਚੜ ਰਹੀ ਸਾਰਿਆਂ ਦੇ ਨਾਲ ਤੁਸੀਂ ਦੇਖੋ ਛੋਟੇ ਤੋਂ ਛੋਟਾ ਮੁਲਕ ਪਟਾਨ ਨੇਪਾਲ ਬੰਗਲਾਦੇਸ਼ ਸ਼੍ਰੀਲੰਕਾ ਇਹ ਵੀ ਕੋਈ ਭਾਰਤ ਤੋਂ ਜ਼ਿਆਦਾ ਖੁਸ਼ ਨਹੀਂ ਹੈ ਬਲਕਿ ਇਹ ਚੀਨ ਦੇ ਨਾਲ ਜਾ ਕੇ ਲੱਗੇ ਨੇ ਤੇ ਇਸ ਮਾਮਲੇ ਦੇ ਵਿੱਚ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਆ ਉਹ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਜੀ ਜੀਵਾਸੂ ਜੀ ਮਨਪ੍ਰੀਤ ਜੀ ਇਸ ਅਨਾਲਿਸਿਸ ਲਈ ਇਹਨਾਂ ਸਾਰੀਆਂ ਖਬਰਾਂ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਫੇਰ ਗੱਲਬਾਤ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਸੂ ਜੀ